ਹਾਂਜੀ ਦੋਸਤੋ, ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਸੌਂਗ ਬਾਰੇ। ਜਿੱਦਾਂ ਕਿ ਦੋਸਤੋ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਸੌਂਗ ਵਾਰ ਦੇ ਵਿੱਚ ਮੁਸਲਿਮ ਭਾਈਚਾਰੇ ਬਾਰੇ ਇੱਕ ਲਾਈਨ ਬੋਲੀ ਗਈ ਸੀ, ਜਿਸ ਤੋਂ ਬਾਅਦ ਮੁਸਲਿਮ ਭਾਈਚਾਰਾ ਬਹੁਤ ਨਾਰਾਜ਼ ਹੋਇਆ ਸੀ। ਅਤੇ ਹੁਣ ਤੁਹਾਨੂੰ ਦੱਸਦੀ ਹੈ ਦੋਸਤੋ ਕਿ ਇਸੇ ਗੱਲ ਨੂੰ ਲੈ ਕੇ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਵਿਵਾਦਿਤ ਲਾਈਨਾਂ ਨੂੰ ਉਸ ਗਾਣੇ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ। ਇਹ ਗੱਲ ਸਿੱਧੂ ਮੂਸੇਵਾਲਾ ਦੀ ਟੀਮ ਨੇ ਕਹੀ ਹੈ ਕਿ ਇਹ ਵਿਵਾਦਿਤ ਲਾਈਨਾਂ ਸਿੱਧੂ ਮੂਸੇਵਾਲੇ ਦੇ ਵਾਰ ਸੌਂਗ ਵਿੱਚੋਂ ਹਟਾ ਦਿੱਤੀਆਂ ਗਈਆਂ ਹਨ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਦੂਸਰੀ ਵੱਡੀ ਖਬਰ ਬਾਰੇ। ਤੁਹਾਨੂੰ ਦੱਸਦੀ ਹੈ ਦੋਸਤੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਪੱਤਰਕਾਰ ਸਿਮਰਨਜੀਤ ਸਿੰਘ ਮੱਕੜ ਨਾਲ ਇੱਕ ਵੱਡਾ ਖੁਲਾਸਾ ਕੀਤਾ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲੇ ਦਾ ਇੱਕ ਹੋਲੋਗ੍ਰਾਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਰਾਹੀਂ ਸਿੱਧੂ ਮੂਸੇਵਾਲਾ ਫਿਰ ਤੋਂ ਸਟੇਜਾਂ ਉੱਪਰ ਪਰਫਾਰਮ ਕਰਦਾ ਦਿਖਾਈ ਦੇਵੇਗਾ। ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਕੀ ਕਿਹਾ ਹੈ ਤੁਸੀਂ ਅੱਗੇ ਆਪ ਹੀ ਸੁਣ ਲਵੋ, ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਸਿੱਧੂ ਜ਼ਿਕਰ ਕਰ ਰਿਹਾ ਸੀਗਾ ਕਿ ਮੈਂ ਵਰਲਡ ਟੂਰ ਕਰ ਸਕਦਾ ਛੇਤੀ, ਉਹਦਾ ਹੋਲੋਗ੍ਰਾਮ ਤਿਆਰ ਕਰਵਾ ਰਹੇ ਹਾਂ। ਉਹ ਹੋਲੋਗ੍ਰਾਮ ਮਤਲਬ ਕਿ ਲੇਜ਼ਰ ਦੇ ਜ਼ਰੀਏ ਸਿੱਧੂ ਲੇਜ਼ਰ ਦੇ ਜ਼ਰੀਏ ਜੀ ਜਿਸ ਤਰ੍ਹਾਂ ਤਪਾਕ ਦਾ ਹੋਇਆ ਸੀ ਜਿਸ ਤਰ੍ਹਾਂ ਸਟੇਜ ਤੇ ਬਿਲਕੁਲ ਹੂਬਹੂ ਪਰਫਾਰਮ ਕਰਦਾ ਨਜ਼ਰ ਆਊਗਾ। ਬਿਲਕੁਲ ਹਾਂਜੀ, ਉਹ ਪ੍ਰੋਜੈਕਟ ਮੈਂ ਤਿਆਰ ਕਰਵਾ ਰਿਹਾ ਤੇ ਅਸੀਂ ਅਗਲੇ ਮੇਬੀ 11 ਜੂਨ ਇਹਦਾ ਬਰਥਡੇ ਹੁੰਦਾ, ਉਸ ਤੋਂ ਬਾਅਦ ਉਹਨੂੰ ਸਟਾਰਟ ਕਰਾਂਗੇ।